सत श्री अकाल जी, मैं हाँ करमन कौर मिगलानी। पंजाबी म्यूजिक का म्यार अजकल सिखरां ते है। इस वेले पंजाबी म्यूजिक की पहुँच ग्लोबल डोमेन ते है, तो सारे की नज़र साडे म्यूजिक ते साडी इंडस्ट्री ते जरूर रहती है। इन्ना कि जिहड़े पंजाबी नहीं बोलते या जिहड़े नहीं समझते, वह भी साडे म्यूजिक नूं सुणदे ने, उन्हां ते खुश होकर नचते ने, भावें गोरे होण जां काले। इहदा असल हकदार ने म्यूजिक प्रोड्यूस करन वाले, म्यूजिक पेश करन वाले। एक ऐसे ही कलाकार साडे विच मौजूद ने जो काबिलियत रखते ने आपदी कला नाल वक् वक् रावां ते वक् वक् थावां ते या हर किते अपनी छाप छड्डन दी। उन्हां दे वक्रे म्यूजिक स्टाइल ते वक्रा गाउण दा स्टाइल या वक्रे वीडियो दे स्टाइल नूं लोकां ने बहुत प्यार नाल नवाज़िया है। अगे भी तांग रखते ने कि ओह की लैके आउणगे। अमृतसर दे जंपल ते अमृतसर विच ही रह के इन्हां ने काम करना वेख्या। अपने गीतां विच इतिहास दी झलक दिंदे ने ते अपने शहर दा अपने इलाके दा नाम बहुत माण नाल वर्त के कहिंदे ने नामिया वाजिब ते अमृतसर शहर। वैसे असं गीतां ते काफ़ी सुन लिया भी है की कहिंदे ने। आओ अज असीं इन्हां तों पुछदे हाँ कि की कहिंदे ने वाजिब, ऑलसो नोन एज वजीर पात्र। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸ਼ੁਕਰੀਆ। ਕੀ ਹਾਲ ਨੇ ਤੁਹਾਡੇ? ਵਧੀਆ ਜੀ, ਵਧੀਆ। ਤੁਸੀਂ ਸੁਣਾਓ ਕਿਵੇਂ? ਠੀਕ ਠਾਕ? ਹਾਂਜੀ, ਬਹੁਤ ਵਧੀਆ। ਤੁਹਾਨੂੰ ਮੈਂ ਕੀ ਕਹਿ ਕੇ ਸੰਬੋਧਨ ਕਰਨਾ ਹੈ, ਵਾਜ਼ਰ ਪਾਤਰ ਕਿ ਵਜ਼ੀਰ ਪਾਤਰ? ਵਜ਼ੀਰ ਪਾਤਰ ਜੀ। ਅੱਛਾ, ਜੋ ਮੈਂ ਆਪਦੇ ਵੱਲੋਂ ਇੱਕ ਨਾਮ ਰੱਖਿਆ ਵਜ਼ੀਰ ਪਾਤਰ, ਏ ਕੇ ਏ ਵਾਜ਼ਰ, ਆਲਸੋ ਨੋਨ ਐਜ਼ ਵਾਜ਼ਰ। ਹਾਂਜੀ ਹਾਂਜੀ ਹਾਂਜੀ, ਵਾਜ਼ਰ ਪਾਤਰ ਨਹੀਂ ਆ, ਵਜ਼ੀਰ ਪਾਤਰ, ਆਲਸੋ ਨੋਨ ਐਜ਼ ਵਾਜ਼ਰ। ਹਾਂਜੀ ਹਾਂਜੀ, ਠੀਕ ਹੈ। ਤੇ ਵਾਜ਼ਰ, ਤੁਹਾਡੇ ਯੂਟਿਊਬ ਤੇ ਲਗਭਗ 2.5 ਲੱਖ ਸਬਸਕ੍ਰਾਈਬਰਸ ਤੁਹਾਡੇ ਨਾਲ ਜੁੜੇ ਨੇ। ਹਾਂਜੀ ਹਾਂਜੀ, ਠੀਕ ਹੈ। ਤੇ ਤੁਹਾਡੀ ਪਹਿਲੀ ਵੀਡੀਓ ਉਹ 'ਚ 3 ਸਾਲ ਪੁਰਾਣੀ ਹੈ ਕੋਈ, ਜੋ ਕਿ ਸ਼ਿਵ ਕੁਮਾਰ ਬਟਾਲਵੀ, ਜੋ ਕਿ ਪੰਜਾਬ ਦੇ ਬਹੁਤ ਮੰਨੇ ਹੋਏ ਸ਼ਾਇਰ ਨੇ, ਉਹਨਾਂ ਦੀ ਇੱਕ ਇੰਟਰਵਿਊ ਹੋਈ ਸੀ BBC ਦੇ ਚੈਨਲ ਤੇ। ਹਾਂਜੀ ਹਾਂਜੀ, ਉੱਥੇ ਉਹਨਾਂ ਨੇ ਗੀਤ ਸੁਣਾਇਆ ਸੀਗਾ। ਉਸ ਗੀਤ ਨੂੰ ਤੁਸੀਂ ਆਪਦਾ ਮਿਊਜ਼ਿਕ ਦੇ ਕੇ, ਉਸ ਆਪਦੇ ਮਿਊਜ਼ਿਕ ਦਾ ਰੰਗ ਦੇ ਕੇ ਉਹ ਵੀਡੀਓ ਤੁਸੀਂ ਯੂਟਿਊਬ ਤੇ ਆਪਦੇ ਪਾਈ ਸੀਗੀ 3 ਸਾਲ ਪਹਿਲਾਂ। ਹਾਂਜੀ ਹਾਂਜੀ, ਤਾਂ ਕੀ ਆਪਾਂ ਇਹ ਸਮਝੀਏ ਵੀ ਤੁਹਾਡਾ ਮਿਊਜ਼ਿਕ ਦਾ ਸਫ਼ਰ 3 ਸਾਲ ਪਹਿਲਾਂ ਸ਼ੁਰੂ ਹੋਇਆ? ਨਹੀਂ ਜੀ, ਇਹ ਸਫ਼ਰ ਤਕਰੀਬਨ ਕੋਈ 2011-12 ਦਾ ਸ਼ੁਰੂ ਹੋਇਆ ਜੀ। ਅੱਛਾ, ਪਹਿਲਾਂ ਨਾ ਅਸੀਂ ਫੋਟੋਆਂ ਖਿੱਚਦੇ ਹੁੰਦੇ ਸੀ, ਹੈ ਨਾ, ਇੱਕ 11ਵੀਂ 12ਵੀਂ ਚਾਅ ਹੁੰਦਾ ਸੀ ਯਾਰ ਬਿੱਲੀ ਇਕੱਠੇ ਹੋ ਕੇ ਅਤੇ ਫੋਟੋਆਂ ਖਿੱਚਣ ਚਲ ਜਾਣੀ ਆ। ਉੱਥੋਂ ਸਫ਼ਰ ਸ਼ੁਰੂ ਹੋਇਆ, ਉਹ ਫੋਟੋਆਂ ਖਿੱਚਣ ਤੋਂ ਫਿਰ ਹੌਲੀ ਹੌਲੀ ਵੀਡੀਓਜ਼ ਬਣਾਉਣ ਲੱਗ ਪਏ, 10 ਸੈਕਿੰਡ 15 ਸੈਕਿੰਡ ਦੇ, ਹੈ ਨਾ, ਬੀ ਰੋਲਸ ਟਾਈਪ। ਫਿਰ ਉਹ ਕਰਦੇ ਕਰਦੇ ਡਾਇਰੈਕਸ਼ਨ 'ਚ ਆ ਗਏ, ਵੀਡੀਓਜ਼ ਡਾਇਰੈਕਟ ਕਰਨ ਲੱਗ ਪਏ, ਅਤੇ ਇਹ 2015 ਤੱਕ ਚੱਲਦਾ ਰਿਹਾ। ਫਿਰ 2015 ਤੋਂ ਮੈਂ ਮਿਊਜ਼ਿਕ ਦਾ ਸਫ਼ਰ ਸ਼ੁਰੂ ਹੋਇਆ ਮੇਰੇ। 2015 'ਚ ਮੈਂ ਸਿੱਖਣਾ ਸ਼ੁਰੂ ਕੀਤਾ ਅਤੇ 2017 'ਚ ਮੈਂ ਪਹਿਲਾ ਗਾਣਾ ਯੂਟਿਊਬ 'ਤੇ ਪਾਇਆ ਸੀ। ਸਫ਼ਰ ਬਹੁਤ ਵਧੀਆ ਰਿਹਾ ਜੀ। ਪਹਿਲਾਂ ਵੀ ਆਪਦੀ ਮਰਜ਼ੀ ਨਾਲ ਕੰਮ ਕਰਦੇ, ਹੁਣ ਵੀ ਆਪਦੀ ਮਰਜ਼ੀ ਨਾਲ ਕਰ ਰਹੇ। ਪਹਿਲਾਂ ਵੀ ਆਪਦੇ ਤਰੀਕੇ ਨਾਲ ਕਰ ਰਹੇ, ਹੁਣ ਵੀ ਆਪਦੇ ਤਰੀਕੇ ਨਾਲ ਕਰ ਰਹੇ। ਮੈਨੂੰ ਲੱਗਦਾ ਕਲਾਕਾਰ ਇਹੀ ਚਾਹੁੰਦਾ ਵੀ ਉਹ ਆਪਦੀ ਮਰਜ਼ੀ, ਕਲਾ ਨਿਕਲਦੀ ਹੀ ਆਪਦੀ ਮਰਜ਼ੀ ਨਾਲ ਹੈ। ਬਿਲਕੁਲ, ਤੇ ਉਹਨੇ ਭਾਈ ਵੀ ਜੇ ਆਪਦੀ ਮਰਜ਼ੀ ਨਾਲ ਜਾਵੇ ਤਾਂ ਫਿਰ ਕਲਾ ਦਾ ਮੇਨ, ਮੈਂ ਕਹਿੰਦਾ ਕਿ ਆਪਣਾ ਆਲਾ ਦੁਆਲਾ ਵਧੀਆ ਹੋਣਾ ਚਾਹੀਦਾ ਆ, ਹੈ ਨਾ, ਕ੍ਰੀਏਟੀਵਿਟੀ ਤਾਂ ਹੀ ਨਿਕਲਦੀ ਆਉਂਦੀ ਆ। ਬਿਲਕੁਲ, ਜੇ ਆਪਣਾ ਆਲਾ ਦੁਆਲਾ ਨਹੀਂ ਵਧੀਆ ਤੇ ਆਪਾਂ ਆਲੇ ਦੁਆਲੇ 'ਚ ਹੀ ਉਲਝੇ ਰਹੀਦਾ ਆ, ਕੰਮ ਵੱਲ ਆਪਾਂ ਧਿਆਨ ਨਹੀਂ ਦੇ ਪਾਉਂਦੇ। ਹਾਂਜੀ ਹਾਂਜੀ ਹਾਂਜੀ, ਤੇ ਹੁਣ ਤਾਂ ਹੀ ਤੁਸੀਂ ਕੋਈ ਇੰਟਰਵਿਊ ਨਹੀਂ ਹੀ ਦਿੱਤੀ, ਚਲੋ ਅੱਜ ਸਬੱਬ ਬਣਿਆ ਆਪਾਂ ਬੈਠੇ ਆ, ਆਪਾਂ ਕਰ ਰਹੇ ਆ। ਠੀਕ, ਇੱਕ ਨਾ ਬਹੁਤ ਡਿਬੇਟ ਚੱਲਦੀ ਅੱਜ ਕੱਲ੍ਹ ਕਿ ਕੋਈ ਵੀ ਗੀਤਕਾਰ ਉਹੀ ਗੀਤ ਲਿਖਦਾ ਹੈ ਜਾਂ ਕੋਈ ਵੀ ਸਿੰਗਰ ਉਹੀ ਗੀਤ ਗਾਉਂਦਾ ਹੈ ਜੋ ਆਡੀਅੰਸ ਸੁਣਨਾ ਚਾਹੁੰਦੀ ਹੈ, ਅਤੇ ਇਸ ਵਾਕ ਦੇ ਜ਼ੋਰ 'ਤੇ ਹਰ ਕੋਈ ਕਈ ਵਾਰੀ ਐਸੇ ਵੀ ਗੀਤ ਕੱਢ ਦਿੰਦੇ ਨੇ ਜਿੱਦਾਂ ਕੋਈ ਸਿਰ ਨਹੀਂ ਜਾਂ ਕੋਈ ਪੈਰ ਨਹੀਂ, ਕੋਈ ਤੁੱਕ ਨਹੀਂ ਬਣਦਾ, ਜਾਂ ਕਈ ਵਾਰੀ ਅਸੀਂ ਵੀ ਨਹੀਂ ਸੁਣ ਸਕਦੇ, ਜਿੱਦਾਂ ਹੁਣ ਮੈਂ ਕੁੜੀ ਹਾਂ, ਮੈਂ ਐਸੇ ਗੀਤ ਨਹੀਂ ਗੀ ਸੁਣ ਸਕਦੀ, ਪਰ ਤੁਹਾਡੇ ਗੀਤਾਂ ਨੂੰ ਜੇ ਮੈਂ, ਚਲੋ ਜਿੰਨੇ ਕੁ ਮੈਂ ਸੁਣੇ ਨੇ,
मैनू अज तक कोई ऐसा लफ्ज़ या कोई ऐसा हर्फ नहीं सुनन चाहिया जो सुन के मैं अनकंफर्टेबल हुई होवां या मैं आपके वड्डियां च बह के गीत ना सुन सकी होवां, ना ही कोई नशे पत्ते की गल है, सगों थोड़े गीतां च इतिहास का जिक्र सुन नूं आउंदा है या एक स्नेहा किसी भी तरीके का तुसीं ला दिंदे हो या प्यार की गल करदे हो, वह भी बहुत सुचजे ढंग नाल प्यार नूं पेश करदे हो, जबकि अजकल तो प्यार नूं विखाउण दा तरीका भी एक बहुत ही मैं बहुत ही वखरा है जो असल च प्यार है वेदे नहीं गे हुंदे। बिल्कुल जी बिल्कुल। ते जो तुसी तुहाडा भी यही मानना है भी ए ऑडियंस डिमांड करदी है कि आपां इहो जे गीत सुनने ने? नहीं जी, पर मैनू तां नहीं कदी किसे ने कहा कि भाई इदां दा गीत कर उदां दा कर। तुहानू कदे एवें दिक्कत ते नहीं आई? नहीं, शुरू तों आपां उही चीज मूहरे रखी जो आपां नूं वधिया लगदी सी। हां, कि इह नहीं सी कि कोई गीत चल रिहा आ ते आपां उहदे वर्गा गीत बना लईए ते खरे अपना भी चल जूगा। जो आपां नूं वधिया लगदा आपां करना चाहुंदे आ, क्योंकि ये काम करके मैनूं सुकून मिलदा आ। तुसीं किसे दौड़ च नहीं गए? नहीं जी, नहीं नहीं नहीं। थोड़ियां वीडियोज अक्सर ब्लैक एंड वाइट ही रहिंदियां ने, तुसीं आपदा लिबास भी काला रखदे हो। हां जी हां। तुहानूं रंग नहीं के पसंद? रंग पसंद आ जी, बहुत पसंद आ। ते फिर आ काले रंग नाल जो तुहाडा मूंह है प्यार, ये थोड़ा ज्यादा पसंद आ। अच्छा, इहदे नाल प्यार ज्यादा आ। हां, तुसीं मैनूं भी काला पवाया अज। बिल्कुल जी बिल्कुल। ठीक है, कोई वजह रही होगी इहदे पिछे या शुरू तों ही? नहीं, वजह तां हर एक चीज पिछे हुंदी है कोई ना कोई। हां जी हां जी। ते मैनूं पर्सनली तुहाडियां वीडियोस बहुत चंगीयां लगदियां ने, जिवें सादगी है उहनां वीडियोस विच पर असरदार भी ने, जिवें सहज सुभा है आम इंसान की जिंदगी विचरती है, उवें थोड़ी वीडियोज ने कोई एक्स्ट्रा कुछ लाउड या कोई वध नहीं गा उहदे च। ए थोड़ा आपदा डिसीजन है, थोड़ा आपदा फैसला है या पूरी टीम थोड़ी इस चीज नाल सहमत है? नहीं, सारे ही सारिआं दी सलाह नाल ही हुंदा जी सारा कुछ। बाकी मैनू परसनली कई चीज़ा जिवें कई मेरे वीडियो हैगे आ वो मैं गलियां च ही तुर रहा आ, है ना। कोई ये नहीं हैगा कि ये गलियां आ इत्थे इत्थे नहीं वीडियो शूट करनी। हाँ जी, वो चीज़ मेरे म्यूजिक नाल रलदी आ कि वो एक मैच हो रहा दोवें चीज़ों का। कि मैनू ये नहीं है कि आपां तामा जामा करके ही वीडियो बनाउणी आ, आपां वो चीज़ विखाउणी आ जो हर एक नूं अपनी लगे। हाँ बिल्कुल। बाकी कॉन्सैप्ट वगैरह जां जो भी हुंदा आ वो गुरजंट वीरे दा ही हुंदा आ कि किवें चीज़ बनाउणी आ आपां किवें करना। हाँ जी हाँ जी हाँ जी। ते थोड़े इनपुट्स रहिंदे ने कि तुसीं जिवें? बिल्कुल जी बिल्कुल बिल्कुल। अक्सर तां वीरे नूं पता ही आ कि किहड़ी चीज़ वाजर ने करनी आ किहड़ी नहीं करनी। बाकी फिर भी कोई मेरे मन च कोई चीज़ होवे कोई होर आर्टिस्ट जां उते शूट करूगा, वो एक कॉन्सेप्ट ही वाइब दे रही चीज। मैनू भी ये चीज नहीं हैगा कि गुरजंट कहूगा कि एरकी वीडियो च ओमनी वैन लैनी है तो मैं कहूंगा नहीं ये कि चक्करां च पिया, है ना। नहीं, वो मैनू भी वधिया लगती आ। हुण मैं परसनल साइकल भी रख्या एक, है ना, वो चीज़ा मैनू वधिया लगदियां तुर फिर के गलियां शूट करने इदां नॉर्मल नॉर्मल चीज़ां नाल। हाँ जी हाँ जी हाँ जी। सिद्धू मूसेवाले नाल उन्हां दी जिहड़ी एल्बम आई सी मूस टेप, उस च तुहाडे दो गीत ने मालवा ब्लॉक ते गोट। हाँ जी हाँ जी। ते एक होर उन्हां दा गीत है द लास्ट राइड। बिल्कुल। ए तिन्ने गीत बहुत ज़्यादा लोकां वल्लों उन्हां नूं प्यार मिलिया सराहे गए। ਸਾਡੇ ਨਾਲ ਸਾਂਝਾ ਕਰੋ ਕਿ ਸਿੱਧੂ ਨਾਲ ਤੁਹਾਡਾ ਰਾਬਤਾ, ਉਹ ਮਿਲਣ ਦਾ ਸਬੱਬ, ਉਹ ਮੁਲਾਕਾਤ ਕਿਵੇਂ ਦੀ ਸੀਗੀ? ਮੈਂ ਹੁਣ ਨਾ ਆਪ ਨੂੰ ਲੱਗਦਾ ਹੁੰਦਾ ਕਿ ਕਰਮਾਂ ਵਾਲੇ ਆ ਕਿ ਬਾਈ ਨਾਲ ਕੰਮ ਕੀਤਾ, ਕਿ ਉਹ ਇੱਕ ਵੀਰੇ ਦਾ ਦੌਰ ਆ, 16-17 ਤੋਂ ਸ਼ੁਰੂ ਹੋਇਆ, ਰਹਿੰਦੀ ਦੁਨੀਆ ਤੱਕ ਰਹਿਣਾ ਹੈ, ਅਤੇ ਕਿੰਨੇ ਕਰਮਾਂ ਵਾਲੇ ਆ ਆਪਾਂ ਕੰਮ ਕੀਤਾ ਵੀਰੇ ਨਾਲ, ਤੇ ਮਾਣ ਆ ਉਸ ਚੀਜ਼ ਦਾ। ਹਾਂ ਹਾਂ, ਵਧੀਆ ਵਧੀਆ। ਮੈਂ ਪਹੁੰਚ ਗਿਆ ਡਾਰਲਿੰਗ, ਇੱਥੇ ਆ ਮੈਂ ਤੇ ਮੈਂ ਜਮਾਂ ਨਾਟ ਨੇੜੇ ਆ ਮੈਂ, ਹੈ ਨਾ, ਮੈਨੂੰ ਦੱਸ ਦੇ ਕਿੱਥੇ ਆਉਣਾ, ਜਦ ਤੈਨੂੰ ਮੈਂ ਲੋਕੇਸ਼ਨ ਭੇਜ ਦੂੰਗਾ ਤੂੰ ਮੈਨੂੰ ਭੇਜ ਦੂੰ, ਠੀਕ ਹੈ? ਬਾਕੀ ਜਿਹੜੀ ਮੁਲਾਕਾਤ ਆ, ਮੇਰਾ ਗੀਤ ਆਇਆ ਸੀ ਇੱਕ ਮਰ ਜਾਣਾ 2019 ਲਾਸਟ 'ਚ,
ਉਦੋਂ ਵੀ ਉਹ ਗੀਤ ਸੁਣ ਕੇ ਵੀਰੇ ਨੇ ਕਾਲ ਕੀਤੀ ਸੀ। ਉਦੋਂ ਫੋਨ 'ਤੇ ਗੱਲ ਹੋਈ ਅਤੇ ਵੀਰੇ ਨੇ ਬਹੁਤ ਸਲਾਹਿਆ ਕਿ ਵਾਜ਼ਰ ਬਹੁਤ ਘੈਂਟ ਕੰਮ ਤੇਰਾ, ਬਹੁਤ ਵਧੀਆ ਕਰ ਰਿਹਾ, ਜੋ ਵੀ ਕਰ ਰਿਹਾ ਇਹੋ ਚੀਜ਼ ਕਰਦਾ ਰਹੀ। ਤੁਹਾਨੂੰ ਉਹਨਾਂ ਨੇ ਆਪ ਕਾਲ ਕੀਤੀ ਸੀ? ਹਾਂਜੀ ਹਾਂਜੀ ਹਾਂਜੀ, ਇੱਕ ਮਿਊਚੁਅਲ ਫਰੈਂਡ ਸੀ, ਹਾਂ ਉਹਨਾਂ ਦੇ ਥਰੂ ਹੋਈ ਸੀ ਗੱਲ ਮੇਰੀ। ਅਤੇ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਕਿ ਵੀਰਾ ਨਵੇਂ ਮੁੰਡਿਆਂ ਨੂੰ ਕਿਵੇਂ ਸਪੋਰਟ ਕਰ ਰਿਹਾ ਆ, ਹੈ ਨਾ, ਕਿ ਨਹੀਂ ਤਾਂ ਦੋ ਚਾਰ ਗੀਤ ਚੱਲ ਜਾਣ, ਕੋਈ ਕਿਸੇ ਨੂੰ ਫੋਨ ਨਹੀਂ ਕਰਦਾ ਜੀ, ਕੋਈ ਨਹੀਂ ਕਰਦਾ। ਪਰ ਉਹ ਬੰਦੇ ਨੇ ਬਹੁਤ ਨਵੇਂ ਮੁੰਡਿਆਂ ਨੂੰ ਫੋਨ ਕੀਤੇ ਕਿ ਜਿਹਨੂੰ ਵੀ ਜਿਹਦਾ ਕੰਮ ਵੀ ਵਧੀਆ ਲੱਗਦਾ ਸੀ ਵੀਰੇ ਨੂੰ ਫੋਨ ਕਰਦਾ ਹੀ ਕਰਦਾ ਹੁੰਦਾ ਸੀ, ਐਪਰੀਸ਼ੀਏਟ ਕਰਦਾ ਹੀ ਕਰਦਾ ਸੀ। ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ। ਫਿਰ ਉਦੋਂ ਵੀਰੇ ਨੇ ਕਿਹਾ ਕਿ ਵੀਰਾ ਯੂਕੇ ਸੀ, ਉਦੋਂ ਵੀਰੇ ਨੇ ਕਿਹਾ ਮੈਂ ਆਣ ਕੇ ਦੱਸਦਾ, ਫਿਰ ਆਪਾਂ ਬਣਾਉਂਦੇ ਹਾਂ ਕੁਝ। ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਜੀ, ਫਿਰ ਚਲੋ ਲੋਕਡਾਊਨ ਤੋਂ ਬਾਅਦ 2020 'ਚ ਅਸੀਂ ਪਿੰਡ, ਮੈਂ ਪਿੰਡ ਗਿਆ ਵੀਰੇ ਦੇ, ਫਿਰ ਅਸੀਂ ਪਿੰਡ ਬਹਿ ਕੇ ਪਹਿਲੀ ਮੁਲਾਕਾਤ ਹੋਈ, ਫਿਰ ਉੱਥੇ ਗੋਟ ਬਣਾਇਆ ਸੀ ਪਹਿਲਾ ਗਾਣਾ। ਅੱਛਾ, ਹਾਂਜੀ ਹਾਂਜੀ। ਅਤੇ ਉਹ ਮਤਲਬ ਤੁਹਾਨੂੰ ਉਹਨਾਂ ਨੂੰ ਪਹਿਲੀ ਵਾਰੀ ਮਿਲ ਕੇ ਵੇਖ ਕੇ, ਕਿਉਂਕਿ ਉਹਨਾਂ ਦੇ ਉਹ ਤੇ ਜਿੱਦਾਂ ਤੁਸੀਂ ਕਿਹਾ 2016-17 ਤੋਂ ਕਾਫੀ ਸੋਹਣੇ ਸੋਹਣੇ ਗੀਤ ਇੰਡਸਟਰੀ ਨੂੰ ਦੇ ਚੁੱਕੇ ਸੀਗੇ, ਪ੍ਰੋਪਰ ਨਾਮ ਉਹਨਾਂ ਦਾ ਬਣ ਚੁੱਕਿਆ ਸੀਗਾ। ਤੇ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਉਹ ਨਵੇਂ ਮੁੰਡਿਆਂ ਨੂੰ ਆਪ ਫੋਨ ਕਰਦੇ ਸੀਗੇ ਅੱਗੇ ਹੋ ਕੇ, ਤੇ ਇਹ ਧਾਰਨਾ ਬੜਾ ਚਿਰ, ਇਹ ਧਾਰਨਾ ਵੀ ਬੜੀ ਚਿਰ ਰਹੀ ਹੈ ਵੀ ਸਿੱਧੂ 'ਚ ਹੋਮੇ ਸੀ ਜਾਂ ਆਕੜ ਸੀ। ਇਹ ਲੱਗਦਾ ਸੀ, ਮੈਂ ਕਹਿੰਦਾ ਜਿੰਨਾ ਡਾਊਨ ਟੂ ਅਰਥ ਬੰਦਾ ਉਹ ਹੀ ਬਹੁਤ ਵਧੀਆ ਸੀ, ਕਿ ਮਿਲ ਕੇ ਵੀ ਫੀਲ ਹੀ ਨਹੀਂ ਹੁੰਦਾ ਸੀ, ਕਿ ਐਂ ਹੀ ਲੱਗਦਾ ਸੀ ਆਪਣਾ ਭਰਾ ਆ ਯਾਰ, ਕਿ ਆਰਟਿਸਟ ਵਾਲੀ ਕੋਈ ਗੱਲ ਨਹੀਂ ਸੀ ਲੱਗਦੀ ਉਸ ਬੰਦੇ 'ਚ। ਮੈਂ ਘਰੇ ਰਹਿ ਕੇ ਆਇਆ, ਰਾਤ ਰਿਹਾ ਮੈਂ ਵੀਰੇ ਕੋਲ, ਹੈ ਨਾ, ਅਤੇ ਨਹੀਂ ਤਾਂ ਹੁੰਦਾ ਨਾ ਆਪਣੇ ਘਰੇ ਕੋਈ ਆ ਜੇ ਆਪਾਂ ਫਿਰ ਵੀ ਉਸ ਹਿਸਾਬ ਨਾਲ ਰਹਿੰਦੇ ਹਾਂ ਕਿ ਯਾਰ ਕੋਈ ਬੇਗਾਨਾ ਬੰਦਾ ਘਰੇ ਆਇਆ ਆ, ਉਹ ਜਿਵੇਂ ਉਹ ਡੇਲੀ ਲਾਈਫ 'ਚ ਹੈਗਾ ਸੀ ਨਾ ਉੱਦਾਂ ਹੀ ਰਹਿੰਦਾ ਸੀ ਉਹ, ਤਾਂ ਹੀ ਉਹ ਲੋਕ ਇੰਨਾ ਪਿਆਰ ਕਰਦੇ ਸੀ ਵੀਰੇ ਨੂੰ, ਭਰਾ ਕਹਿੰਦੇ ਸੀ, ਇਸੇ ਚੀਜ਼ ਕਰਕੇ ਹੀ ਕਹਿੰਦੇ ਸੀ। ਇੱਕ ਗੱਲ ਮੈਨੂੰ ਤੁਹਾਡੀ ਬਹੁਤ ਚੰਗੀ ਲੱਗਦੀ ਹੈ ਕਿ ਤੁਸੀਂ ਹਜੇ ਤੱਕ ਪੱਗ ਸਾਂਭੀ ਹੈ, ਇੱਕਦਮ ਸਾਬਤ ਸੂਰਤ ਹੈ, ਤੇ ਜਿਸ ਤਰੀਕੇ ਦਾ ਮਿਊਜ਼ਿਕ ਜਾਂ ਜਿਸ ਤਰੀਕੇ ਦੀ ਇੰਡਸਟਰੀ 'ਚ ਆਪਾਂ ਹੈਗੇ ਹਾਂ, ਹਾਂਜੀ ਹਾਂਜੀ ਹਾਂਜੀ, ਕਦੇ ਕੁਛ ਸੁਣਨ 'ਚ ਜਾਂ ਕਦੇ ਕਿਸੇ ਨੇ ਕੁਛ ਤੰਸ ਵਗੈਰਾ ਤਾਂ ਨਹੀਂ ਕੱਸਿਆ? ਆਪਾਂ ਜਦੋਂ ਸਕੂਲੇ ਪੜ੍ਹਦੇ ਹੋ, ਨਹੀਂ, ਬਹੁਤ ਮੁੰਡਿਆਂ ਨੇ ਵਾਲ ਕਟਾਏ ਉਦੋਂ, ਉਦੋਂ ਤਾਂ ਇੱਕ ਰਿਵਾਜ਼ ਹੀ ਹੁੰਦਾ ਸੀ ਕਿ 10ਵੀਂ ਹੋ ਗਈ ਆ 11ਵੀਂ 'ਚ ਜਾਣਾ ਅਤੇ ਵਾਲ ਕਟਾ ਦੀਏ, ਹੈ ਨਾ। ਇਹ ਚੀਜ਼ਾਂ ਚੇਂਜ ਹੋਈਆਂ, ਤਰਸੇਮ ਵੀਰੇ ਹੁਣਾਂ ਨੇ ਆਣ ਕੇ ਉਹਨਾਂ ਵੱਲ ਵੇਖ ਕੇ ਬੜੇ ਮੁੰਡਿਆਂ ਨੇ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ, ਕਿ ਬੜੇ ਮੁੰਡਿਆਂ ਨੇ ਕੇਸ ਰੱਖੇ, ਇੱਕ ਦੌਰ ਆ ਗਿਆ ਸੀ ਰੰਗ ਬਿਰੰਗੀਆਂ ਪੱਗਾਂ ਬੰਨ੍ਹ ਕੇ, ਚੈੱਕ ਸ਼ਰਟ, ਹਾਂਜੀ ਹਾਂਜੀ ਹਾਂਜੀ, ਆਪਾਂ ਨੂੰ ਐਂ ਲੱਗਦਾ ਸੀ ਕਿ ਸਾਰੇ ਹੀ ਪੱਗਾਂ ਬੰਨ੍ਹਣ ਲੱਗ ਪਏ ਆ, ਹੈ ਕਿ ਉਹ ਬੜੀ ਵੱਡੀ ਗੱਲ ਆ ਕਿਸੇ ਨੂੰ ਵਾਪਸ ਘਰੇ ਲੈ ਕੇ ਆਉਣਾ, ਹੈ ਨਾ, ਕਿਸੇ ਨੂੰ ਮੋੜ ਕੇ ਲਿਆਉਣਾ। ਪਰਿਵਾਰ ਦਾ ਸ਼ੁਰੂ ਤੋਂ ਸਹਿਯੋਗ ਰਿਹਾ ਤੁਹਾਨੂੰ ਇਸ ਇੰਡਸਟਰੀ 'ਚ? ਪਰਿਵਾਰ ਦਾ ਬਹੁਤ ਜੀ, ਬਹੁਤ। ਪਰਿਵਾਰ ਨੇ ਸ਼ੁਰੂ ਤੋਂ ਨਾ ਇੱਕੋ ਗੱਲ ਕਹੀ ਸੀ ਕਿ ਪੁੱਤ ਕੇਸ ਕਤਲ ਨਹੀਂ ਕਰਾਉਣੇ, ਦਾੜੀ ਨਹੀਂ ਕਟਾਉਣੀ, ਬਾਕੀ ਤੂੰ ਜੋ ਮਰਜ਼ੀ ਕਰ, ਕਿ ਜਿੰਨਾ ਪੜ੍ਹਨਾ ਤੂੰ ਓਨਾ ਹੀ ਪੜ੍ਹ, ਇਹ ਨਹੀਂ ਕਹਿੰਦੇ ਤੈਨੂੰ ਕਿ ਤੂੰ ਡਿਗਰੀਆਂ ਕਰ ਜਾਂ ਨੌਕਰੀਆਂ ਜੋਬ ਲੈ ਜਾਂ ਕੁਝ ਵੀ ਆ, ਇੱਦਾਂ ਦਾ ਕਦੇ ਨਹੀਂ ਕੁਝ ਵੀ। ਉਹਨਾਂ ਨੇ ਬਸ ਇੱਕੋ ਹੀ ਗੱਲ ਕਹੀ ਸੀ ਕਿ ਕੇਸ ਨਹੀਂ ਕਤਲ ਕਰਾਉਣੇ, ਦਾੜੀ ਨਹੀਂ ਕਟਾਉਣੀ, ਬਾਕੀ ਤੂੰ ਆਪਦਾ ਜੋ ਵੀ ਕੰਮ ਕਰਨਾ ਆ, ਤੂੰ ਮਿਊਜ਼ਿਕ ਵਾਲੇ ਬੰਨੇ ਜਾਣਾ ਆ, ਤੂੰ ਕਿਸੇ ਹੋਰ ਲਾਈਨ 'ਚ ਜਾਣਾ, ਉਹ ਤੇਰੀ ਮਰਜ਼ੀ ਆ, ਬਸ 100% ਕਰਨਾ ਜੋ ਵੀ ਕਰਨਾ ਆ, ਕਿ ਧੁਰ ਤੱਕ ਜਾਣਾ, ਇਹ ਨਹੀਂ ਆ ਕਿ ਆਹ ਕੰਮ ਕਰ ਲਿਆ ਸਾਲ ਕੁ ਕੀਤਾ ਫਿਰ ਕੀਤਾ ਕੋਈ ਹੋਰ ਕਰ ਲਈਏ, ਇੱਦਾਂ ਦਾ ਨਹੀਂ ਕਰਨਾ, ਇੱਕੋ ਕੰਮ ਕਰਨਾ ਜੋ ਮਰਜ਼ੀ ਕਰ ਲਓ। ਹਾਂਜੀ ਹਾਂਜੀ, ਉਹਨਾਂ ਦਾ ਬਹੁਤ ਸਾਥ ਰਿਹਾ ਜੀ ਇਸ ਚੀਜ਼ 'ਚ। ਤੁਸੀਂ ਅੰਮ੍ਰਿਤਸਰ ਦੇ ਜੰਮਪਲ ਹੋ, ਅੰਮ੍ਰਿਤਸਰ ਹੀ ਤੁਸੀਂ ਵੱਡੇ ਹੋਏ ਹੋ, ਤੇ ਸਾਡੇ ਜਿਹੜੀ ਆਫ ਦਾ ਰੈਕਰਡ ਕਨਵਰਸੇਸ਼ਨ ਸੀਗੀ, ਗੱਲਬਾਤ ਸੀ, ਉਸ ਤੁਸੀਂ ਦੱਸਿਆ ਵੀ ਤੁਹਾਡਾ ਸਟੂਡੀਓ ਵੀ ਅੰਮ੍ਰਿਤਸਰ ਹੀ ਹੈ। ਹਾਂਜੀ ਬਿਲਕੁਲ, ਸਗੋਂ ਕਿ ਮੈਂ ਬੜੀ ਹੈਰਾਨ ਸੀਗੀ, ਸਾਨੂੰ ਮੈਨੂੰ ਐਂ ਲੱਗਦਾ ਸੀਗਾ ਵੀ ਸ਼ੂਟ ਆਪਾਂ ਖਬਰੇ ਚੰਡੀਗੜ੍ਹ ਜਾਂ ਮੋਹਾਲੀ ਕਰਾਂਗੇ, ਕਿਉਂਕਿ ਉੱਥੇ ਹੀ ਸਾਰੇ ਸਿੰਗਰਸ ਦਾ ਇੱਕ ਹੱਬ ਹੈ, ਹੈ ਨਾ, ਜਿਹੜੇ ਵੀ ਇੰਡਸਟਰੀ ਉਹ ਇੱਕ ਹੱਬ ਹੈ। ਹਾਂਜੀ ਹਾਂਜੀ ਹਾਂਜੀ, ਤੁਸੀਂ ਆਪਦਾ ਕੰਮ ਅੰਮ੍ਰਿਤਸਰ ਰਹਿ ਕੇ ਕਰਦੇ ਹੋ, ਤੁਹਾਨੂੰ ਕਦੇ ਨਹੀਂ ਆਇਆ ਵੀ ਮੈਂ ਚੰਡੀਗੜ੍ਹ ਚੱਲ ਜਾਂ ਜਾਂ ਮੈਂ ਮੋਹਾਲੀ ਜਾ ਕੇ, ਮੇਰਾ ਕੰਮ ਜਿੰਨੀ ਗਤੀ ਨਾਲ ਹੁਣ ਚੱਲਦਾ ਹੈ ਇੱਦੋਂ ਦੁੱਗਣੀ ਗਤੀ ਨਾਲ ਚੱਲੇ ਸ਼ਾਇਦ। ਇਸੇ ਗੱਲ ਕਰਕੇ ਕਈ ਸਿੰਗਰਾਂ ਦੇ ਫੋਨ ਆਉਣੇ ਜਦੋਂ ਕਿ ਵਾਦਰ ਕੰਮ ਬੜਾ ਵਧੀਆ, ਤੂੰ ਚੰਡੀਗੜ੍ਹ ਆ ਜਾ, ਆਪਾਂ ਇੱਥੇ ਬਹਿ ਕੇ ਕੁਝ ਬਣਾਉਂਦੇ ਹਾਂ, ਅਤੇ ਮੈਂ ਇਹੋ ਗੱਲ ਕਹਿਣੀ ਕਿ ਵੀਰੇ ਆਪਾਂ ਆਪਣਾ ਸਟੂਡੀਓ ਹੀ ਅੰਮ੍ਰਿਤਸਰ ਆ, ਤੁਸੀਂ ਅੰਮ੍ਰਿਤਸਰ ਆ ਜਾਓ। ਕੋਈ ਨਹੀਂ ਆਉਂਦਾ ਜੀ, ਕੋਈ ਵੀ ਨਹੀਂ ਆਉਂਦਾ ਇਹ, ਚਲੋ ਹੌਲੀ ਹੌਲੀ ਕੰਮ ਕਰਦੇ ਰਹੇ, ਬਾਬੇ ਦੀ ਮਿਹਰ ਨਾਲ ਰੰਗ ਲੱਗੇ, ਹੈ ਨਾ,
चलो मैं कहना मेन तो आए कि बंदा आपके काम से ध्यान रखे तो करता जाए, हर एक चीज़ होंगी है मेहनत नाल, एक कदे नहीं है कि कुछ नहीं कोई औखी आ चीज़ जो होनी नहीं आ, आप मेहनत करिए अपन हर एक चीज़ आप कर सकते हैं। हाँ जी हाँ जी हाँ जी। इंडस्ट्री में लिंक या कनैक्शन होने जरूरी ने, लाजमी है ता ही ग्रोथ होएगी, क्योंकि हुण नवे मुंडे कुड़ियां भी काफ़ी आ रहे हैं, कि उन्होंने आपदे आपदे आपकी कला पर भरोसा होना चाहिए या लिंक कनैक्शन कर देने मदद। हाँ जी, लिंक एक बार काम आ जाएंगे, दूजी बारी तो नहीं आने, बिल्कुल दूजी काम तो काम ही आना ना। हाँ। आप वधिया करा किसी लिए मन च खार ना हो, इदां दी चीज़ां ना होण, ते लिंक नहीं मैटर करते, मैं कहना आपां नूं कम मैटर करदा है कम की कर रहे हैं आपां। हाँ जी हाँ जी हाँ जी। थोड़े यार मित्र हैगे ने इंडस्ट्री चों जिन्हां नूं तुसीं मतलब खुल के फोन करके गल्लां कर लैंदे हो, जो असल वाज़िर है जिन्हां नूं पता होवे? हाँ जी, जिवें जॉर्डन जॉर्डन संधू है ना, वह छोटिया वड्डिया भरावां वाला प्यार है उहदे नाल, कि असीं स्कूले भी इकट्ठे पढ़े, यूनी च भी इकट्ठे पढ़े, कट्ठे इस फील्ड च आए। अच्छा, तुसी कट्ठे पढ़े हो? हाँ जी कट्ठे पढ़े जी, स्कूले भी कट्ठे ही, यूनी भी कट्ठे पढ़े हैं, कट्ठे ही घूमते रहे सारा कुछ। वो सब तो पुराना जे इंडस्ट्री च मैं कह कोई मेरा मित्र आ, तो उ समय ना चलो अपना तरसेम वीरे होना बहुत प्यार आ, सिद्धू बाई नाल बहुत प्यार सी है ना, बंटी वीरे होना बहुत प्यार आ, कि थोड़े जी आ, ये नहीं आ कि अपना सर्कल बहुत वड्डा आ ज सारे ने लिंक रखने आनू भी मैसेज करता, नहीं इदा तो कुछ नहीं जी। बाकी जो अपने नाल शुरू किया जिन्होंने वो है जी बस। हाँ बाकी कोई सुभाग किसी का वधिया लगे, क्योंकि मैनू ये होंगे आ कि काम नालों पहला सुभा आ, जे सुभा रलूगा तो आप काम कर सकते हैं, जे सुभा नहीं रलिया फिर चाहे आर्टिस्ट हो किन्ना भी वड्डा हो जां कुछ भी आ, फिर मेरे को काम नहीं होना उहदे नाल, कि मैनू एक सुभा चाहिए कि यार एक भरा वाला प्यार हो ना, उदा की वाइब आवे, काम सोहना भी हुंदा जदों सुभा रले, बिल्कुल जी बिल्कुल, बिना सुभा रले दे आपां काम भावा कर लईए पर ओह सोहना इन्ना होना नहीं, बिल्कुल जी बिल्कुल बिल्कुल। हुण ते तुसीं जिद्दां शो भी लाउंदे हो परफॉर्म करदे हो इन्नी आवाम सामने जदों ओह मतलब जोश नाल तुहाडा नाम लैंदी आ, हाँ जी, ते उदों तुहानूं महसूस किवें हुंदा वी मैं हज़ारां बंदियां सामने, हाँ जी हाँ जी, आप जो मैं आपदा गाउणा है, हाँ जी, किवें दा लगदा तुहानूं? इन्ना तुहाडी गल गल चों मैनूं इक गल याद आ गई, मैनू बहुत वधिया लगता पहला तो मैं ये कहूँगा है ना, कि बड़ा माण महसूस होंदा आ कि रब ने यह चीज़ झोली पाई आ, कि स्टेज पर जाके जिन्ना प्यार करते बंदा ही समझ सकता आ, कोई होर नहीं समझ सकता। मैं ना जदों मेरा पहला शो ही तो लास्ट दिन च ना सिद्धू वीरे ना जदों भी गल होनी जां मिलना जां गल होनी, वीरे ने एको चीज़ हमेशा ही मैनू पुछनी कि वाज़िर शो नहीं लाउंदे आ, कि तू शो ला, वीरे ने कहना वाज़िर आ इन्नी तरीक नूं मेरा शो ही आपां कट्ठे चलांगे। तो जिद्दण मेरा पहला शो ही तो मैनू उद्दण बाई दीआं गल्लां चेते आउंदीआं सी, कि मन च मैं कह रहा ही कि अज मैं शो ला रहा जट्टा पर अज तू नहीं हैगा। ते बाकी जड़ा प्यार आ स्टेज पर जाके जो महसूस आ मालक की मेहर आ, वो इतों तक लैके आया है ना, वह शुक्र ही करते हैं। हाँ जी, तुसी आप दे कल्ले टाइम च, मैं आम श्योर तुहानू इन्ना मिलदा नहीं होना कल्ला टाइम, पर खाली टाइम या कल्ला टाइम आर्टिस्ट लई जरूरी है एक एकांत च रहना कदे कदाई, ते तुसी आप दे आप नू कल्ले टाइम च किद्दां रिन्यू करदे हो, किद्दां नवे हुन्ने हो इन्नी इन्ने काम इन्नी भज दौड़ दी एग्जर्शन तो बाद की करदे हो तुसी? हाँ जी, कल्ला टाइम इहो ही आ जां यारां बेलियां च जां घरे होवांगे जी करदियां नाल बस। ਤੁਹਾਡਾ ਕੋਈ ਆਪਣਾ ਪਰਸਨਲ ਸੌਂਗ ਹੈਗਾ, ਆਪਣਾ ਪਰਸਨਲ ਗੀਤ ਜੋ ਤੁਸੀਂ ਗਾਇਆ ਹੋਵੇ ਤੇ ਤੁਹਾਨੂੰ ਬੜਾ ਚੰਗਾ ਲੱਗਦਾ ਹੋਵੇ? ਹਾਂ ਜੀ, ਮੇਰਾ ਵੈਸੇ ਤਾਂ ਇਹ ਸਵਾਲ ਪੁੱਛਣਾ ਹੀ ਮੈਨੂੰ ਲੱਗਦਾ ਹੈ ਥੋੜਾ ਉਹਦਾ ਗੀਤ ਤਾਂ ਚਲੋ ਸਾਰੇ ਹੀ ਵਧੀਆ ਆ, ਪਰ ਇੱਕ ਗੀਤ ਹੈ ਉਹ ਹਜੇ ਆਉਣਾ ਆ। ਅੱਛਾ, ਉਹਦਾ ਨਾਮ ਹੈਗਾ ਫਿੱਕੇ ਦੇ ਫੁੱਲ। ਹਾਂ 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 ਜੀ ਹਾਂ ਜੀ ਠੀਕ ਹੈ। ਤੁਹਾਡਾ ਹਾਲ ਹੀ ਵਿੱਚ ਨੈਟਫਲਿਕਸ ਦੀ ਸੀਰੀਜ਼ ਕੋਰਾ ਤੇ ਉਹ ਕਲੀਨ ਸਲੇਟ ਪ੍ਰੋਡਕਸ਼ਨ ਹੈ ਜੋ ਅਨੁਸ਼ਕਾ ਸ਼ਰਮਾ ਦੀ, ਅਤੇ ਉਹ ਪੂਰੀ ਸੀਰੀਜ਼ ਵਿੱਚ ਸਿਰਫ
ਤੁਹਾਡਾ ਹੀ ਮਿਊਜ਼ਿਕ ਹੈ, ਹੋਰ ਕੋਈ ਮਿਊਜ਼ਿਕ ਨਹੀਂ, ਹੋਰ ਕੋਈ ਗੀਤ ਨਹੀਂ ਹੈਗਾ। ਬਿਲਕੁਲ ਜੀ, ਬਿਲਕੁਲ। ਤੇ ਉਹ ਸੀਰੀਜ਼ ਨੂੰ ਵੱਡੇ ਤੋਂ ਲੈ ਕੇ ਛੋਟੇ ਹਰ ਇੱਕ ਸੈਲੀਬ੍ਰਿਟੀ ਨੇ ਸ਼ੇਅਰ ਕੀਤਾ ਹੈ ਜੀ। ਬਿਲਕੁਲ ਜੀ। ਜਦੋਂ ਤੁਹਾਡੇ ਕੋਲ ਆਏ, ਉਹਨਾਂ ਨੇ ਤੁਹਾਨੂੰ ਅਪਰੋਚ ਕੀਤੀ, ਤਾਂ ਤੁਹਾਨੂੰ ਮਹਿਸੂਸ ਕਿਵੇਂ ਦਾ ਹੋਇਆ ਸੀਗਾ ਉਦੋਂ, ਤੇ ਇਹ ਸਬੱਬ ਕਿਵੇਂ ਬਣਿਆ? ਨਹੀਂ, ਬਹੁਤ ਵਧੀਆ ਮਹਿਸੂਸ ਹੋਇਆ ਜੀ। ਮੇਰਾ ਨਾ ਇੱਕ ਆਪਣਾ ਇਹੋ ਹੀ ਕਿ ਗੀਤ ਤਾਂ ਹੀ ਦੇਣੇ ਆ ਜੇ ਉਹ ਐਜ਼ ਇਟ ਇਜ਼ ਹੀ ਯੂਜ਼ ਕਰਨਗੇ। ਅੱਛਾ। ਕਿ ਇਹ ਨਾ ਹੋਵੇ ਉਹ ਬਾਅਦ 'ਚ ਹਿੰਦੀ 'ਚ ਕਰ ਲੈਣ, ਜਾਂ ਕੁਝ ਹੋਰ ਗੀਤ ਦਾ ਮਿਊਜ਼ਿਕ ਚੇਂਜ ਕਰ ਲੈਣ, ਜਾਂ ਕੁਝ ਵੀ ਆ। ਇਹ ਗੱਲ ਉਹਨਾਂ ਨੂੰ ਕਲੀਅਰ ਕਰਤੀ ਸੀ ਪਹਿਲਾਂ ਹੀ ਕਿ ਆਪਾਂ ਕੰਮ ਕਰਾਂਗੇ, ਹੈ ਨਾ, ਸਾਰਾ ਕੁਝ ਹੋਊਗਾ, ਪਰ ਜਿਹੜੇ ਗੀਤ ਆ ਉਹ ਐਜ਼ ਇਟ ਇਜ਼ ਇਵੇਂ ਹੀ ਰਹਿਣਗੇ, ਉਹ 'ਚ ਹੇਰ ਫੇਰ ਨਹੀਂ ਕੋਈ ਵੀ ਹੋਊਗੀ। ਮੇਨ ਇਹੋ ਹੀ ਪੁਆਇੰਟ ਸੀ। ਬਾਕੀ ਤਾਂ ਚਲੋ ਉਹ ਉਹਨਾਂ ਦਾ ਸੁਭਾਅ, ਉਹਨਾਂ ਦੀ ਟੀਮ, ਉਹਨਾਂ ਦਾ ਕੰਮ ਸਾਰਾ ਬਹੁਤ ਵਧੀਆ ਹੈ। ਇਹ ਨਾ ਆਪਣੀ ਹੀ ਇੱਕ ਜਿੱਤ ਲੱਗਦੀ ਹੈ, ਜਦੋਂ ਸਾਡਾ ਕੋਈ ਬੰਦਾ ਗਾਹੇ ਵਧਾਹੇ ਵਧੇ, ਹੋਰ ਗਰੋ ਕਰੇ, ਤਾਂ ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਮਿਊਜ਼ਿਕ ਤੁਹਾਡਾ ਨੈੱਟਫਲਿਕਸ 'ਤੇ ਆਇਆ, ਅਤੇ ਆਪਾਂ ਉਮੀਦ ਕਰਦੇ ਤੁਸੀਂ ਅੱਗੇ ਵੀ ਗਾਹ ਹੋਰ ਬਹੁਤ ਹੀ ਕੁਝ ਕਰਨਾ ਅਤੇ ਬਹੁਤ ਹੀ ਕੁਝ ਕਰੋਗੇ। ਉੱਦਾਂ ਦੱਸੋ ਤੁਹਾਡੇ ਵੈਸੇ ਅੱਗੇ ਦੇ ਪਲਾਨਸ ਕੀ ਨੇ, ਜਿਵੇਂ ਤੁਹਾਡੇ ਕੋਲੋਂ ਸੁਣਨਾ ਹੋਵੇ, ਉਹ ਤਾਂ ਸਾਨੂੰ ਇੰਤਜ਼ਾਰ ਰਹਿੰਦਾ, ਪਰ ਅੱਜ ਤੁਸੀਂ ਦੱਸ ਦਿਓ ਵੀ ਤੁਹਾਡੇ ਅੱਗੇ ਦੇ ਪਲਾਨਸ ਕੀ ਨੇ। ਪਲਾਨਸ ਜੀ, ਫਿਲਹਾਲ ਤਾਂ ਸਭ ਤੋਂ ਪਹਿਲਾਂ ਐਲਬਮ ਆ ਰਹੀ ਹੈ ਜੀ। ਅੱਛਾ। ਹਾਂਜੀ ਹਾਂਜੀ। ਬਾਕੀ ਪਲਾਨ ਕੁਝ ਆਉਣ ਵਾਲੇ ਸਾਲ, ਹੈਨਾ, ਇਵੇਂ ਦਾ ਮੈਂ ਕਰਨਾ ਚਾਹੁੰਦਾ ਆ ਕਿ ਜਿੰਨੇ ਵੀ ਪੰਜਾਬ ਚ ਨਵੇਂ ਮੁੰਡੇ ਲਿਖਦੇ ਗਾਉਂਦੇ, ਭੈਣਾਂ ਭਰਾ, ਹੈਨਾ, ਆਪਣੇ ਜਿਹੜੇ ਵੀ ਆਉਣਾ ਚਾਹੁੰਦੇ ਇਸ ਫੀਲਡ 'ਚ, ਮੈਂ ਇੱਕ ਐਲਬਮ ਤਿਆਰ ਕਰਨਾ ਚਾਹੁੰਦਾ, ਹਰ ਸਾਲ ਕਰਿਆ ਕਰੂੰਗਾ। ਜਿਹੜੇ ਘੈਂਟ ਘੈਂਟ ਲਿਖਦੇ ਆ, ਘੈਂਟ ਘੈਂਟ ਗਾਉਂਦੇ ਆ, ਉਹਨਾਂ ਨੂੰ ਅੱਗੇ ਲਿਆਂਦਾ ਜਾਵੇ। ਹੈ ਤਾਂ ਮੈਂ ਵੀ ਨਵਾਂ ਹੀ ਹਾਂ, ਪਰ ਆਪਾਂ ਜਿੰਨਾ ਆਪਾਂ ਹੱਥ ਫੜ ਸਕਦੇ ਹਾਂ ਕਿਸੇ ਦਾ, ਆਪਾਂ ਓਨਾ ਹੱਥ ਫੜੀਏ, ਅਤੇ ਜਿਹੜੇ ਵਧੀਆ ਵਧੀਆ ਹੈਗੇ ਆ ਮੁੰਡੇ, ਉਹਨਾਂ ਨੂੰ ਅੱਗੇ ਲੈ ਕੇ ਆਈਏ। ਕਿਉਂਕਿ ਇਹ ਚੀਜ਼ਾਂ ਮੈਂ ਸਿੱਖੀਆਂ, ਹੈ ਨਾ, ਜੇ ਮੈਨੂੰ ਸਿੱਧੂ ਵੀਰੇ ਨੇ ਕਾਲ ਕੀਤਾ ਸੀ ਅਤੇ, ਹੈ ਨਾ, ਉਹ ਇੱਕ ਮੈਂ ਚੀਜ਼ਾਂ ਸਿੱਖਦਾ ਨਿੱਕੀਆਂ ਨਿੱਕੀਆਂ, ਕਿ ਯਾਰ ਮੈਨੂੰ ਵਧੀਆ ਲੱਗਾ ਇੱਕ ਆਰਟਿਸਟ ਆ ਕਿਸੇ ਲੈਵਲ 'ਤੇ ਬੈਠਾ, ਅਤੇ ਉਹ ਨਵੇਂ ਮੁੰਡਿਆਂ ਨੂੰ ਕਿਵੇਂ ਡੀਲ ਕਰ ਰਿਹਾ, ਕਿਵੇਂ ਫੋਨ ਕਰ ਰਿਹਾ। ਇਹ ਗੇਮ ਬਹੁਤ ਮਹਿੰਗੀ ਹੋਈ ਆ, ਇੱਕ ਨੋਰਮਲ ਘਰ ਦਾ ਵੀ ਮੁੰਡਾ ਨਹੀਂ ਕਰ ਸਕਦਾ, ਇਹ ਅਫੋਰਡ ਨਹੀਂ ਕਰ ਸਕਦਾ। ਅਤੇ ਮੈਂ ਉਹ ਚੀਜ਼ ਕਰਨੀ ਚਾਹੁੰਦਾ ਹਾਂ ਕਿ ਹਰ ਸਾਲ ਕੁਝ ਨਾ ਕੁਝ ਕੀਤਾ ਜਾਵੇ, ਜਿਹੜਾ ਨਵਾਂ ਟੈਲੈਂਟ ਆ ਉਹ ਅੱਗੇ ਆਵੇ। ਹਾਂਜੀ ਹਾਂਜੀ। ਬਾਕੀ ਪਲਾਨਸ ਹੋਰ ਨਾਲ ਦੀ ਨਾਲ ਤਾਂ ਚੱਲਦੇ ਜਾਣੇ ਆ, ਆਪਣਾ ਤਾਂ ਕਰ ਹੀ ਰਹੇ ਹਾਂ। ਬਾਕੀ ਉਪਰਾਲਾ ਤੁਹਾਡਾ ਬਹੁਤ ਸੋਹਣਾ ਬਾਬਾ ਭਾਗ ਲਾਵੇ। ਨਹੀਂ ਨਹੀਂ, ਮੈਂ ਚਾਹੁੰਦਾ ਹਾਂ ਕਿ ਜਿੰਨੇ ਵੀ ਕਰ ਸਕਦੇ ਆ, ਹਨਾ, ਜਿਹੜੇ ਵੀ ਮੇਰੇ ਵੀਰ ਭਰਾ ਕੋਈ ਮਿਊਜ਼ਿਕ ਵਾਲੇ ਕੋਈ ਸਿੰਗਰ ਆ, ਚਲੋ ਹਜੇ ਮੈਂ ਵੀ ਨਹੀਂ ਕੀਤਾ, ਮੈਂ ਵੀ ਗੱਲ ਹੀ ਕਰ ਰਿਹਾ, ਹੈ ਨਾ, ਪਰ ਮੈਂ ਕਰੂੰਗਾ, ਅਤੇ ਮੈਂ ਚਾਹੁੰਦਾ ਹਾਂ ਕਿ ਆਪਾਂ ਜਿੰਨਾ ਵੀ ਆਪਾਂ ਕਰ ਸਕਦੇ ਆਪਾਂ ਕਰਿਆ ਕਰੀਏ, ਹਰ ਸਾਲ ਕੁਝ ਨਾ ਕੁਝ ਚੀਜ਼ ਕੀਤੀ ਜਾਵੇ, ਜਿਹੜਾ ਨਵਾਂ ਟੈਲੈਂਟ ਸਾਹਮਣੇ ਆ ਰਿਹਾ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਸਟਰੀਟ ਨੋਲੇਜ ਐਲਬਮ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ? ਕਿੰਨੇ ਕੁ ਗੀਤ ਨੇ, ਕੋਲੈਬੋਰੇਸ਼ਨਸ ਵੀ ਹੈਗੀਆਂ ਨੇ? ਬਿਲਕੁਲ ਜੀ, ਬਿਲਕੁਲ। ਗੀਤ ਇਹਦੇ 'ਚ 10 ਗੀਤ ਨੇ ਟੋਟਲ, ਸਕਿਟਸ ਵਗੈਰਾ ਇੰਟਰ ਆਊਟਰੋ ਪਾ ਕੇ ਕੋਈ 16-17 ਟਰੈਕ ਨੇ। ਕੋਲੈਬੋਰੇਸ਼ਨ ਇਹਦੇ 'ਚ 6 ਕੋਲੈਬਸ ਨੇ। ਅੱਛਾ। ਹਾਂਜੀ 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 ਹਾਂਜੀ, ਠੀਕ। ਚਲੋ ਬਾਬਾ ਮੇਹਰ ਕਰੇ। 4 ਸਤੰਬਰ ਨੂੰ ਆ ਰਹੀ ਹੈ। ਬਿਲਕੁਲ ਜੀ, ਬਿਲਕੁਲ 4 ਸਤੰਬਰ ਨੂੰ ਆ ਰਹੀ ਹੈ। ਮੈਨੂੰ ਤੇ ਹੈ ਉਡੀਕ, ਮੈਂ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਆਫ ਕੋਰਸ ਰਹੇਗੀ। ਬਿਲਕੁਲ ਜੀ, ਬਿਲਕੁਲ, ਬਿਲਕੁਲ। ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਅਖੀਰ 'ਚ? ਮੈਂ ਚਲੋ ਕਹਿਣਾ ਤਾਂ ਕੀ ਆ, ਹੁਣ ਕਿਸੇ ਨੂੰ ਅੱਜ ਦੀ ਡੇਟ 'ਚ ਤਾਂ ਕੌਣ ਸੁਣਦਾ ਜੀ, ਕੋਈ ਨਹੀਂ ਸੁਣਦਾ। ਪਰ ਚਲੋ ਮੈਂ ਕਹਿੰਦਾ ਹਾਂ ਕਿ ਜਿੰਨਾ ਰਲ ਮਿਲ ਕੇ ਰਹਿ ਸਕਦੇ ਹਾਂ ਆਪਾਂ ਰਹੀਏ, ਕਿਸੇ ਲਈ ਮਨ 'ਚ ਖਾਰ ਨਾ ਰੱਖੀਏ, ਆਪਣੇ ਘਰਦਿਆਂ ਨੂੰ ਟਾਈਮ ਦਈਏ, ਉਹ ਚੀਜ਼ਾਂ ਜ਼ਰੂਰੀ ਆ। ਬਾਕੀ ਤਾਂ ਸਾਰਾ ਕੁਝ ਪਤਾ ਹੀ ਹੈ। ਠੀਕ ਹੈ ਵਾਜ਼ਬ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸ਼ੁਕਰੀਆ ਜੀ, ਸ਼ੁਕਰੀਆ। ਆਪਾਂ ਹੁਣ ਉਮੀਦ ਕਰਦੇ ਹਾਂ ਵੀ ਤੁਸੀਂ ਹੋਰ ਇੰਟਰਵਿਊਜ਼ ਕਰੋ, ਸਾਡੇ ਨਾਲ ਹੋਰ ਗੱਲਾਂ ਕਰੋ। ਬਿਲਕੁਲ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। Yep.
4 ਤਰੀਕ ਨੂੰ Wazir in the hood.